ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ 17% ਨਮੀ ਵਾਲਾ ਝੋਨਾ ਹੀ ਖਰੀਦਿਆ ਜਾ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਨਾਲ ਵਾਲੇ ਸੂਬੇ ਹਰਿਆਣਾ ਦੇ ਵਿੱਚ ਸਰਕਾਰ ਵੱਧ ਨਮੀ ਵਾਲੇ ਝੋਨੇ ਦੀ ਖਰੀਦ ਕਰ ਰਹੀ ਹੈ, ਜਿਸ ਕਰਕੇ ਕਿਸਾਨ ਹਰਿਆਣਾ 'ਚ ਝੋਨਾ ਵੇਚਣ ਲਈ ਜਾ ਰਹੇ ਨੇ। ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਕਿਸਾਨਾਂ ਦੇ ਹੱਕ ਵਿੱਚ ਉਤਰੇ ਨੇ। ਭਗਵੰਤ ਮਾਨ ਨੇ ਕੈਪਟਨ ਸਰਕਾਰ 'ਤੇ ਤਿੱਖੇ ਤੰਜ ਕੱਸਦਿਆਂ ਹਰਿਆਣਾ 'ਚ ਝੋਨਾ ਲਿਜਾਣ ਨਾਲ ਪੰਜਾਬ ਸਰਕਾਰ ਦਾ ਨੁਕਸਾਨ ਹੋਣ ਦੀ ਗੱਲ ਆਖੀ ਹੈ। ਬਹੁਤ ਹੀ ਦੁੱਖਦਾਇਕ ਹੈ ਕਿ ਕਿਸਾਨ ਟਾਈਮ 'ਤੇ ਆਪਣਾ ਜਿਹੜਾ ਝੋਨਾ ਲਿਆ ਹੈ, ਇੱਕ ਤਾਂ ਪਹਿਲੀ ਕੁਦਰਤ ਵੱਲੋਂ ਹੀ 10 ਤੋਂ 15 ਮਣ ਘੱਟ ਝਾੜ ਨਿਕਲਿਆ, ਉੱਤੋਂ ਮੋਇਸਚਰ 'ਤੇ 17% 'ਤੇ ਅੜੇ ਹੋਏ ਨੇ, ਜਦਕਿ ਹਰਿਆਣੇ ਦੇ ਵਿੱਚ 22, 23, 24, 25 ਵੀ ਚਲੀ ਜਾਂਦਾ। ਸ਼ਾਇਦ ਕੋਈ ਇਲੈਕਸ਼ਨ ਉਲੈਕਸ਼ਨ ਕਰਕੇ ਵੀ ਉਹਨਾਂ ਨੇ ਕੋਈ ਦਿੱਤਾ ਹੋਊਗਾ ਲੋਲੀਪੋਪ। ਤਾਂ ਫਿਰ ਇਹ ਅੱਜ ਦੇ ਮੌਸਮ ਤਾਂ ਕਿਸਾਨ ਦੇ ਵੱਸ 'ਚ ਨਹੀਂ ਹੈਗਾ ਨਾ, ਮੌਸਮ ਮੁਤਾਬਕ 17% ਆ ਹੀ ਨਹੀਂ ਸਕਦਾ। ਇਹ ਏਸੀ ਕਮਰੇ 'ਚ ਬੈਠੇ ਅਫਸਰ ਕਿਵੇਂ ਕਹਿ ਸਕਦੇ ਨੇ ਕਿ 17 ਲੈ ਲਓ? ਜੇ ਉਹ 17 ਲੈ ਕੇ ਵੀ ਆਉਂਦਾ ਤਾਂ ਮੰਡੀ 'ਚ ਉਤਰਨ ਤੋਂ ਘੰਟਾ ਬਾਅਦ ਉਹ 18 ਜਾਂ 19 ਹੋ ਜਾਊਗਾ, 20 ਵੀ ਹੋ ਜਾਊਗਾ। ਹੁਣ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ, ਕਦੇ ਤਰੇਲ 'ਚ ਆਏ ਹੋਣ ਤਾਂ ਪਤਾ ਲੱਗੇ ਨਾ। ਇੱਕ ਗੱਲ ਹੋਰ ਜੀ, ਆਪਣੇ ਜਿਹੜਾ ਇੱਥੋਂ ਦੇ ਕਿਸਾਨ, ਸਾਡਾ ਏਰੀਆ ਖਾਸ ਕਰਕੇ ਇੱਧਰੋਂ ਸਾਇਲੀ ਨਮੋਲ ਤੱਕ ਦੇ ਹਰਿਆਣੇ 'ਚ ਲੈ ਕੇ ਜਾ ਰਹੇ ਹਾਂ ਟਰਾਲੀਆਂ, ਲੈਣਾ ਲੱਗੀਆਂ ਜਾਂਦੀਆਂ ਨੇ, ਤੇ ਫਿਰ ਉਹਦਾ ਘਾਟਾ ਕਿਹਨੂੰ? ਪਰ ਇੱਕ ਹੋਰ ਤੋਂ ਉਹਦਾ ਘਾਟਾ ਪੰਜਾਬ ਸਰਕਾਰ ਨੂੰ ਹੈ ਨਾ, ਜਿਹੜਾ ਮਾਰਕੀਟ ਟੈਕਸ, ਮਾਰਕੀਟ ਕਮੇਟੀ ਦਾ ਟੈਕਸ, ਮੰਡੀ ਦਾ ਟੈਕਸ, ਉਹ ਸਾਰਾ ਫਿਰ ਇੱਥੇ ਹੋਣਾ ਸੀਗਾ। ਹਰਿਆਣੇ 'ਚ ਕਿਉਂ ਲੈ ਕੇ ਜਾ ਰਿਹਾ? ਇੱਕ ਹੋਰ, ਇਲਾਜ ਕਰਾਉਣ ਵਾਸਤੇ ਮੈਂ ਮਰੀਜ਼ ਦਿੱਲੀ ਭੇਜ ਰਿਹਾ ਤੇ ਝੋਨਾ ਵੇਚਣ ਵਾਸਤੇ ਮੇਰਾ ਕਿਸਾਨ ਹਰਿਆਣੇ ਜਾ ਰਿਹਾ, ਪੰਜਾਬ ਸਰਕਾਰ ਕੀ ਕਰ ਰਹੀ ਹੈ? ਮਾਨ ਸਾਹਿਬ, ਇੱਕ ਹਰਿਆਣੇ ਤੇ ਆਪਣਾ ਮਹਾਰਾਸ਼ਟਰ ਸਰਕਾਰ, ਬੀਜੇਪੀ ਨੇ ਗਠਬੰਧਨ ਨਾਲ ਸਰਕਾਰ ਬਣਾਈ ਹੈ। ਉਹ ਬਣਾ ਲੈਣ ਜੀ, ਉਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਸਾਡਾ ਝੋਨਾ ਚੱਕੋ ਯਾਰ। ਝੋਨੇ ਬਾਰੇ ਦੱਸੋ ਜੀ, ਮਾਨ ਸਾਹਿਬ ਕੌਣ ਕੀ ਬਣਦਾ ਕੌਣ, ਇਹਦੇ ਬਾਰੇ ਨਾ ਪੁੱਛੋ। ਕਿਰਪਾ ਕਰਕੇ ਮੈਂ ਕਹਿਣਾ ਚਾਹੁੰਦਾ, ਜੇ ਅਰਵਿੰਦ ਕੇਜਰੀਵਾਲ ਸਵਾਮੀਨਾਥਨ ਦੇ ਬਰਾਬਰ ਦਾ ਭਾਅ ਦੇ ਸਕਦਾ, ਘੱਟੋ ਘੱਟ 25 ਤੋਂ 30 ਹਜ਼ਾਰ ਰੁਪਏ ਕਿੱਲੇ ਦੇ ਫਰਕ ਹੈ ਪੰਜਾਬ ਨਾਲੋਂ, ਤੇ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ? ਕਿੱਥੇ ਨੇ ਕੈਪਟਨ ਸਾਹਿਬ? ਕੈਪਟਨ ਸਾਹਿਬ ਖੇਤੀ ਮੰਤਰੀ ਨੇ, ਫਿਰ ਇਹਨੇ ਕੀ ਕੀਤਾ? ਚਲੋ ਕਿਸਾਨ ਨਾਲ ਫੂਸ ਮਾਫੀਆ ਬਣਾਇਆ, ਫੂਸ ਮਾਫੀਆ। ਤੁਸੀਂ ਸੋਚਿਆ ਨਹੀਂ ਹੋਣਾ ਕਦੇ, ਜਿਹੜੇ ਝਾੜ ਖਰੀਦਦੇ ਸੀ ਗਰੀਬ, ਮੈਥੋਂ 100 ਰੁਪਏ ਦਾ ਝਾੜ ਖਰੀਦ ਲਿਆ ਮੈਂ ਜ਼ਿਮੀਦਾਰ ਹਾਂ, ਉਹਨੂੰ ਉਹ ਚੋਂ ਕੱਢ ਕੇ 150 ਦਾ ਵੇਚਤਾ, ਉਹਨਾਂ ਦੇ ਵੀ ਟੈਂਡਰ ਦੇ ਤੇ ਆ ਖੜੇ ਨੇ। ਪਰਾਲੀ ਫੂਕਣ ਵਾਲੇ ਕਿਸਾਨਾਂ 'ਤੇ ਮਾਮਲੇ ਦਰਜ ਕਰਨ ਬਾਰੇ ਭਗਵੰਤ ਮਾਨ ਨੇ ਕੈਪਟਨ ਸਰਕਾਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਹੁਣ ਸਰਕਾਰ ਕਿਸਾਨਾਂ ਨੂੰ ਮੁਜ਼ਰਮ ਬਣਾ ਰਹੀ ਹੈ, ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ। ਹਾਈ ਕੋਰਟ ਨੇ ਕਿਹਾ ਸੀ ਵੀ ਕਿਸਾਨ ਜੇ ਅੱਗ ਲਾਉਂਦੇ ਨੇ ਤਾਂ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਹੋਵੇ, ਪਰ ਸਰਕਾਰ ਹਾਲੇ ਵੀ ਜੁਰਮਾਨਾ ਲਗਾ ਰਹੀ ਹੈ। ਨਹੀਂ, ਸਾਥੋਂ ਤੁਸੀਂ ਢਿੱਡ ਭਰਨ ਵਾਸਤੇ ਚੌਲ ਲੈ ਰਹੇ ਹੋ, ਉਦੋਂ ਬਾਅਦ ਸਾਨੂੰ ਤੁਸੀਂ ਕ੍ਰਿਮੀਨਲ ਡਿਕਲੇਅਰ ਕਰੋਗੇ? ਮੈਂ ਪਾਰਲੀਮੈਂਟ ਦੀ ਕਮੇਟੀ 'ਚ ਉੱਥੇ ਉਠਾਈ ਸੀ ਗੱਲ, ਮੈਂ ਕਿਹਾ ਸਾਨੂੰ ਹੱਲ ਦੱਸ ਦਿਓ ਨਾ, ਸਾਥੋਂ ਮੱਕੀ ਬਿਜਵਾ ਲਓ, ਬਾਜਰਾ ਬਿਜਵਾ ਲਓ, ਸੂਰਜਮੁਖੀ ਬਿਜਵਾ ਲਓ, ਧਰਤੀ ਸਾਡੀ ਬਹੁਤ ਬਚਾਊ ਹੈ, ਪਰ ਵੇਚੀਏ ਕਿੱਥੇ ਉਹਨੂੰ? ਫਿਰ ਚੌਲ ਤਾਂ ਸਾਡੀ ਖੁਰਾਕ ਨਹੀਂ ਹੈਗੀ, ਅਸੀਂ ਤਾਂ 10ਵੀਂ ਵਾਲੇ ਦਿਨ ਇੱਕ ਮਹੀਨੇ 'ਚ ਇੱਕ ਵਾਰੀ ਕਿਤੇ ਖੀਰ ਬਣਾਉਂਦੇ ਹਾਂ, ਠੀਕ ਹੈ? ਸਾਡਾ ਧਰਤੀ 'ਚੋਂ ਪਾਣੀ ਖਤਮ ਹੋ ਗਿਆ, FCI ਮੁੱਕਰ ਗਈ ਹੁਣ, ਠੀਕ ਹੈ ਨਾ? ਸੋ ਇਹ ਨਹੀਂ ਚੱਲੂਗਾ। ਮੋਣਕ ਤੋਂ ਗਗਨਦੀਪ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ।